ਸਤਿ ਸ੍ਰੀ ਅਕਾਲ ਜੀ, ਉਮੀਦ ਕਰਦੇ ਹਾਂ ਬਾਈ ਸਾਰੇ ਵਧੀਆ ਹੋਵੋਗੇ। ਵਾਹਵਾ ਟਾਈਮ ਹੋ ਗਿਆ ਆਪਣੇ ਤੋਂ ਵੀਡੀਓ ਨਹੀਂ ਪਾਈ ਗਈ, ਥੋੜਾ ਜਿਹਾ ਬਿਜੀ ਸੀਗੇ ਤੇ ਆਹ ਵੀਡੀਓ ਬਣਾਉਣਾ ਬਾਈ ਥੋੜਾ ਜਿਹਾ ਆਏ ਆ ਵੀ ਹੁਣ ਜਦੋਂ ਦਾ ਪਤਾ ਲੱਗਿਆ ਗਾ ਪੰਜਾਬ ਚ ਵੀ ਆਸਟ੍ਰੇਲੀਆ 20-30 ਲੱਖ ਰੁਪਇਆ ਬਣਦਾ ਹੈ ਮਹੀਨੇ ਦਾ, ਤੇ ਹੁਣ ਸਾਡੇ ਘਰਦਿਆਂ ਦੇ ਵੀ ਫੋਨ ਵੱਜੀ ਜਾਂਦੇ ਵੀ ਤੇਰਾ 20-30 ਲੱਖ ਰੁਪਇਆ ਕਿੱਥੇ ਗਿਆ, ਹਨਾ ਤੂੰ ਕੀ ਕਰਦਾ ਇੰਨੇ ਰੁਪਇਆਂ ਦਾ। ਬਾਈ ਬਣਦਾ ਬਿਲਕੁਲ 20-30 ਲੱਖ ਰੁਪਇਆ, ਮੈਂ ਤਾਂ ਕਹਿਣਾ ਵੀ ਬਣਦਾ, ਤੁਸੀਂ ਵੀ ਆਓ ਬਣਾਓ ਇੱਥੇ 20-30 ਲੱਖ ਰੁਪਇਆ, ਅਸੀਂ ਤਾਂ ਬਣਾ ਲਿਆ ਬਾਈ ਇਹ। ਬਾਈ ਕਿਉਂਕਿ ਆਪਣੇ ਕੰਨ ਇਹ ਗੱਲਾਂ ਸੁਣਨਾ ਚਾਹੁੰਦੇ ਆ, ਜੇ ਹੁਣ ਮੈਂ ਤੁਹਾਨੂੰ ਕਹਿਤਾ ਵੀ 20-30 ਲੱਖ ਰੁਪਇਆ ਬਣਦਾ, ਤੁਸੀਂ ਇਹ ਸੁਣਨਾ ਚਾਹੁੰਦੇ ਸੀ, ਮੈਂ ਤੁਹਾਨੂੰ ਇਹ ਚੀਜ਼ ਕਹਿਤੀ, ਤੁਹਾਨੂੰ ਵੀ ਵਧੀਆ ਲੱਗੀ ਹਨਾ। ਜੇ ਹੁਣ ਇੱਥੇ ਮੈਂ ਤੁਹਾਨੂੰ ਕਹਿ ਜਾਂਦਾ ਵੀ ਬਾਈ ਇੱਥੇ ਯਾਰ ਫੀਸਾਂ ਬਹੁਤ ਜ਼ਿਆਦੇ ਆ, ਕੰਮ ਨੀ ਮਿਲ ਰਿਹਾ ਸਟੂਡੈਂਟਾਂ ਨੂੰ, ਔਖਾ ਗਾ ਹਨਾ ਅੱਜ ਦੇ ਹਾਲਾਤਾਂ ਦਾ, ਤਾਂ ਜਦੋਂ ਮੈਂ ਇਹ ਚੀਜ਼ਾਂ ਤੇ ਵੀਡੀਓ ਬਣਾਉਂਦਾ ਸੀ, ਜਦੋਂ ਬਾਈ ਮੈਂ ਰਿਐਲਿਟੀ ਦੱਸਦਾ ਸੀ ਵੀ ਯਾਰ ਔਖਾ ਥੋੜਾ ਜਿਹਾ ਬਈ ਹਨਾ, ਜਿਵੇਂ ਹੁਣ ਰਿਸੈਸ਼ਨ ਚੱਲ ਰਿਹਾ ਪੂਰੀ ਦੁਨੀਆਂ ਚ, ਤਾਂ ਮੈਨੂੰ ਬਹੁਤ ਭਰਾਵਾਂ ਦੇ ਕਮੈਂਟ ਆਉਂਦੇ ਸੀ, ਕਹਿੰਦੇ ਯਾਰ ਬਾਈ ਤੂੰ ਤਾਂ ਨੈਗੇਟਿਵ ਕਰ ਦਿੰਦਾ ਸਾਨੂੰ ਆਪ ਤਾਂ, ਫਿਰ ਕਮੈਂਟ ਆਉਂਦੇ ਦੂਜੇ ਵੀ ਬਾਈ ਆਪ ਤੁਸੀਂ ਬਾਹਰ ਬੈਠੇ ਹੋ, ਹੁਣ ਸਾਨੂੰ ਤੁਸੀਂ ਕਹਿੰਦੇ ਹੋ ਵੀ ਆਪਦਾ ਦੇਖ ਕੇ ਆਓ ਹਨਾ, ਐਂ ਕਰਕੇ ਆਓ। ਜਦੋਂ ਮੈਂ ਕਹਿੰਦਾ ਸੀ ਵੀ ਜ਼ਮੀਨਾਂ ਨਾ ਵੇਚੋ, ਬਾਈ ਲੋਕਾਂ ਨੂੰ ਉਹ ਚੰਗਾ ਨੀ ਲੱਗਦਾ ਸੀਗਾ, ਜਦੋਂ ਮੈਂ ਕਹਿੰਦਾ ਸੀ ਵੀਡੀਓ ਚ ਵੀ ਬਾਈ ਜ਼ਮੀਨਾਂ ਨਾ ਵੇਚ ਕੇ ਆਓ ਹਨਾ, ਤੇ ਉਹ ਵਧੀਆ ਨੀ ਲੱਗਦਾ ਜੀ ਤੁਹਾਨੂੰ। ਹੁਣ ਜਦੋਂ ਦਾ ਕੋਈ ਉੱਥੋਂ ਏਜੰਟ ਉੱਠ ਕੇ ਕਹਿ ਜਾਂਦਾ ਬਾਈ ਹਾਂ 20-30 ਲੱਖ ਰੁਪਇਆ ਆਸਟ੍ਰੇਲੀਆ ਚ ਮਹੀਨੇ ਦਾ ਬਣਦਾ, ਤੇ ਆਪਾਂ ਨੂੰ ਵਧੀਆ ਲੱਗਦਾ ਸੁਣਨਾ ਬਾਈ ਹਨਾ। ਹੁਣ ਬਾਈ ਮੈਂ ਤੁਹਾਨੂੰ ਇੱਕ ਹੋਰ ਗੱਲ ਇਹਦੇ ਚ ਐਡ ਕਰਨ ਲੱਗਿਆ ਵੀ ਜਿਹੜਾ ਆਪਾਂ ਕਹਿ ਗੱਲ ਹੈ ਵੀ ਆ ਕੇ ਸਟੂਡੈਂਟ ਜੀ ਆਪਦੀਆਂ ਫੀਸਾਂ ਕੱਢ ਲੈਂਦੇ ਆ ਭਈ, ਤੇ ਬਸ ਪਤਾ ਨੀ ਕੀ ਕਰ ਦਿੰਦੇ ਆ ਸਟੂਡੈਂਟ ਹਨਾ, ਜਾਣ ਸਾਰ ਪਹਿਲੇ 5-4 ਮਹੀਨਿਆਂ ਚ ਜਿਹੜਾ ਲਾ ਕੇ ਗਏ ਹੁੰਦੇ ਆ ਉਹ ਰੁਪਈਏ ਵੀ ਆਪਦੇ ਤਾਰ ਦਿੰਦੇ ਆ ਹਨਾ, ਮੋੜ ਦਿੰਦੇ ਆ ਕਰਜ਼ਾ। ਤੇ ਹੁਣ ਬਾਈ ਮੈਂ ਰਿਐਲਿਟੀ ਦੱਸਦਾ ਗਾ, ਮੈਂ ਆਸਟ੍ਰੇਲੀਆ ਚ ਹੁਣ ਪੱਕਾ ਹੈ ਬਾਈ ਹਨਾ, ਪਰਮਾਨੈਂਟ ਹੈਗਾ ਰੈਜੀਡੈਂਸ ਹਨਾ, ਤੇ ਮੈਂ ਜਦੋਂ ਆਇਆ ਸੀ 2014 ਚ, ਮੈਨੂੰ ਬਾਈ ਇੱਥੇ ਆਏ ਨੂੰ PR ਲੈਣ ਚ ਤਕਰੀਬਨ 491 ਵੀਜ਼ਾ ਪਾਇਆ ਸੀਗਾ ਮੈਂ, ਚਲੋ 491 ਵੀਜ਼ਾ ਪਾਉਂਦੇ ਤੱਕ ਮੈਨੂੰ 4 ਸਾਲ ਲੱਗ ਗਏ, 4 ਸਾਲ ਵਾਂਗੂ ਲੱਗ ਗਿਆ ਸੀਗਾ। ਪਹਿਲਾਂ ਮੈਂ ਆਪਦੀ ਪੜ੍ਹਾਈ ਪੂਰੀ ਕੀਤੀ, ਫਿਰ ਮੈਂ TR ਪਾਈ, ਐਕਸਪੀਰੀਅੰਸ ਲਿਆ, ਫਿਰ ਮੈਂ 491 ਵੀਜ਼ਾ ਪਾਇਆ ਹਨਾ। ਹੁਣ ਇਹ 4 ਸਾਲਾਂ ਦੇ ਵਿੱਚ ਬਾਈ ਜਿਹੜੇ ਪੈਸੇ ਤੁਸੀਂ ਲਾ ਕੇ ਆਏ ਸੀ, ਜਿਹੜਾ ਮੈਂ ਆਪਦਾ ਇਨੀਸ਼ੀਅਲ ਅਮਾਊਂਟ ਸੀ ਜਿਹੜਾ ਮੈਂ ਉਧਰੋਂ ਲਾ ਕੇ ਆਪਦੀ ਫੀਸ ਫੂਸ ਵਗੈਰਾ ਭਰ ਕੇ ਆਇਆ ਸੀਗਾ, ਉਹ ਬਾਈ ਮੈਂ ਜਦੋਂ ਇਧਰ 4 ਸਾਲਾਂ ਬਾਅਦ ਮੈਂ ਆਪਦੇ ਵਰਕ ਵੀਜ਼ੇ ਤੇ ਗਿਆ, ਉਦੋਂ ਕਿਤੇ ਜਾ ਕੇ ਮੈਂ ਉਹ ਰੁਪਈਏ ਮੋੜੇ ਸੀ, ਮੇਰਾ 10-11 ਲੱਖ ਰੁਪਇਆ ਲੱਗਿਆ ਸੀਗਾ ਜਦੋਂ ਮੈਂ ਆਸਟ੍ਰੇਲੀਆ ਆਇਆ, ਉਦੋਂ ਮੈਂ ਉਦੋਂ ਕਾਬਲ ਹੋਇਆ ਵੀ ਮੈਂ ਉਹ ਪੈਸੇ ਵਾਪਸ ਕੀਤੇ ਸੀਗੇ, ਉਦੋਂ ਮੈਂ ਵਰਕ ਵੀਜ਼ੇ ਤੇ ਸੀਗਾ, ਫੁੱਲ ਟਾਈਮ ਮੈਂ ਕੰਮ ਕਰਨ ਲੱਗ ਗਿਆ ਸੀਗਾ। ਤੇ ਬਾਕੀ ਰਹੀ ਗਈ ਗੱਲ ਜਿਹੜੀ ਆਹ 20 ਲੱਖ ਰੁਪਇਆ ਕਮਾ ਲੈਂਦੇ ਹੋ, 30 ਲੱਖ ਰੁਪਇਆ ਕਮਾ ਲੈਂਦੇ ਹੋ, ਤਾਂ 20 ਲੱਖ ਰੁਪਇਆ ਬਾਈ ਹੋ ਗਿਆ $40,000। $40,000 ਜੇ ਤੁਸੀਂ ਦੇਖੋ, ਜੇ ਤੁਸੀਂ ਇੱਕ ਦਿਨ ਦਾ $1,200-1,300 ਕਮਾ ਰਹੇ ਹੋ, ਤਾਂ ਜਾ ਕੇ ਕਿਤੇ ਪੂਰੇ 30 ਦਿਨਾਂ ਦਾ $40,000 ਬਣਦਾ, ਤੇ ਇੰਨਾ ਬਾਈ ਇੱਥੇ 40,000 ਤਾਂ ਤੁਸੀਂ ਛੱਡੋ, ਜੇ ਕੋਈ ਇੱਕ ਬੰਦਾ ਫੁੱਲ ਟਾਈਮ ਕੰਮ ਕਰਦਾ, ਜਿਹੜੀ ਐਵਰੇਜ ਹੈ, ਜਿਹੜੇ ਇੱਥੇ ਆਸਟ੍ਰੇਲੀਆ ਚ ਹੁਣ ਪੱਕੇ ਬੰਦੇ ਕੰਮ ਕਰਦੇ ਆ, ਜਿਹੜੀ ਐਵਰੇਜ ਹੈਗੀ, ਐਵਰੇਜ ਬਾਈ ਹੈਗੀ ਇੱਥੇ $90,000 ਦਾ ਪੈਕੇਜ, $80,000 ਦਾ ਪੈਕੇਜ ਸਾਲ ਦਾ, ਉਹ ਹੋ ਗਿਆ ਮੰਨ ਕੇ ਚੱਲੋ। ਹੁਣ ਤੁਸੀਂ ਸਿੱਧਾ ਇਹਨਾਂ ਕਨਵਰਟ ਨਾ ਕਰਨਾ ਬਹਿ ਜਾਓ ਵੀ ਬਾਈ 90,000 ਹੋ ਗਿਆ ਜੀ, ਤਕਰੀਬਨ 45-50 ਲੱਖ ਰੁਪਇਆ, ਤੇ ਫਿਰ ਵੀ ਬਹੁਤ ਬਣ ਗਏ ਹਨਾ। ਹੁਣ ਤੁਸੀਂ ਦੇਖੋ ਬਈ $90,000, ਇਹ ਵੀ ਮੈਂ ਬਹੁਤ
ਵਧੀਆ ਜੋਬ ਦਾ ਕਹਿ ਰਹੇ ਜਿਹਦਾ ਕੋਈ ਚੰਗਾ ਕੋਈ ਜੋਬ ਸੈੱਟ ਹੋਈ ਹੈ, ਨਹੀਂ ਤਾਂ ਪੈਕੇਜ ਨਾਰਮਲ ਹੈਗੇ ਆ ਆਮ ਬੰਦੇ ਦੇ 65,000 70,000 75,000 ਏਦਾਂ ਦੇ ਪੈਕੇਜ ਆ ਬਾਈ। ਤੇ ਹੁਣ ਤੁਸੀਂ ਲਾ ਲਓ ਜੇ ਮੰਨ ਲਓ ਤੁਹਾਡਾ 70-80,000 ਦਾ ਪੈਕੇਜ ਹੈ ਤਾਂ ਉਹਦੇ ਚ ਤੁਹਾਡਾ ਇੱਕ ਸਾਲ ਦਾ ਟੈਕਸ ਵੀ ਕੱਟਿਆ ਜਾਣਾ, ਤਾਂ ਤੁਹਾਡਾ ਟੈਕਸ ਮੰਨ ਕੇ ਚੱਲੋ ਬਾਈ ਹੋ ਗਿਆ $20,000 ਵਾਂਗੂ ਤੁਹਾਡਾ ਟੈਕਸ ਉਹਦੇ ਚੋਂ ਕੱਟਿਆ ਜਾਣਾ $20,000-25,000 ਵਾਂਗੂ, ਹਨਾ ਏਦੋ ਘੱਟ ਨੀ ਵੱਧ ਭਾਵਾਂ ਦੀ ਟੈਕਸ ਤੁਹਾਡਾ ਕੱਟਿਆ ਜਾਵੇ ਪੂਰੇ ਸਾਲ ਦੀ ਆਪਾਂ ਗੱਲ ਕਰ ਰਹੇ ਹਾਂ। ਚਲੋ ਹੁਣ ਤੁਸੀਂ ਮੰਨ ਕੇ ਚੱਲੋ ਵੀ 90,000 ਚ ਤੁਹਾਡਾ 30,000 ਆਪਾਂ ਟੈਕਸ ਵੀ ਕੱਟਤਾ ਜਿਹੜਾ ਤੁਸੀਂ ਸਾਲ ਚ ਕਮਾਇਆ, ਪਿੱਛੇ $60,000 ਰਹਿ ਗਿਆ ਜੀ। $60,000 ਨੂੰ ਹੁਣ 12 ਤੇ ਗੁਣਾ ਵੀ ਕਰੀਏ, 12 5 60 $5,000 ਰਹਿ ਗਿਆ। $5,000 ਚ ਹੁਣ ਤੁਸੀਂ ਹਿਸਾਬ ਲਾ ਲਓ ਜੇ ਕੋਈ ਇੱਕ ਪੱਕਾ ਬੰਦਾ ਹੈ ਉਹਨੇ ਆਪਦਾ ਘਰ ਵੀ ਤੇ ਹੋਰ ਜਿਹੜੇ ਖਰਚੇ ਹੈਗੇ ਪੂਰਾ ਇੱਕ ਘਰ ਦਾ ਰੈਂਟ ਲਾ ਲਓ $2,000 ਹੈ, ਮੁੜ ਕੇ ਗਰੋਸਰੀ ਆ ਗਈ $1,000 ਦੀ, ਮੁੜ ਕੇ ਗੱਡੀ ਦੀ ਕਿਸ਼ਤ ਆ ਗਈ, ਮੁੜ ਕੇ ਬਿੱਲ ਵਗੈਰਾ ਆ ਗਏ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਚ ਆ ਜਾਂਦੀਆਂ, ਹਨਾ। ਤਾਂ ਹੁਣ ਤੁਸੀਂ ਹਿਸਾਬ ਲਾ ਕੇ ਦੇਖੋ ਬਈ, ਇਹ ਮੈਂ ਪੱਕੇ ਬੰਦੇ ਦੀ ਗੱਲ ਕਰ ਰਿਹਾ ਬਈ, ਪਰ ਜਿਹੜਾ ਸਟੂਡੈਂਟ ਤੇ ਹੈ ਉਹਦੀ ਤਾਂ ਅਲੱਗ ਕਹਾਣੀ ਹੈ। ਪੱਕੇ ਬੰਦੇ ਦਾ ਹੀ ਹੈ ਬਈ, ਪੱਕੇ ਬੰਦਿਆਂ ਦੀ ਅੱਜ ਕੱਲ ਇੰਨਾ ਘਰਾਂ ਦਾ ਕਿਰਾਇਆ ਵੱਧ ਗਿਆ, ਵਿਆਜ ਵੱਧ ਗਿਆ ਵੀ ਚੰਗਾੜ ਨਿਕਲੀ ਪਈ ਹੈ। ਪਰ ਜੇ ਤੁਸੀਂ ਸਟੂਡੈਂਟ ਤੇ ਲਾ ਕੇ ਦੇਖੋ ਬਈ, ਸਟੂਡੈਂਟ ਨੂੰ ਪਹਿਲਾਂ ਤਾਂ 24 ਘੰਟੇ ਕੰਮ ਅਲਾਊਡ ਹੁੰਦਾ, 24 ਘੰਟਿਆਂ ਚ ਫਿਰ ਡਿਪੈਂਡ ਕਰਦਾ, ਕਈਆਂ ਨੂੰ ਵਧੀਆ ਪੇ ਰੇਟ ਤੇ ਕੰਮ ਮਿਲ ਜਾਂਦਾ, ਕਈਆਂ ਨੂੰ ਨਹੀਂ ਮਿਲਦਾ, ਹਨਾ। ਫਿਰ ਉਹਨਾਂ ਨੇ ਆਪਦੀਆਂ ਫੀਸਾਂ ਕੱਢਣੀਆਂ, ਫਿਰ ਇਹ ਤਾਂ ਬਈ ਯਾਰ ਜਿਹੜੇ ਡਿਗਰੀ ਲੈ ਕੇ ਆ ਗਏ, ਮੈਂ ਅੱਜ ਦੇ ਟਾਈਮ ਚ ਤਾਂ ਫੀਸ ਫੂਸ ਕੱਢਣੀ ਬਹੁਤ ਦੂਰ ਦੀ ਗੱਲ ਹੈ ਬਈ। ਹੋ ਸਕਦਾ ਜਿੰਨੇ ਮੇਰੇ ਵੀਰ ਭਰਾ ਵੀਡੀਓ ਦੇਖ ਰਹੇ ਹੋਣਗੇ, ਉਹਨਾਂ ਦੀਆਂ ਕਈਆਂ ਦੇ ਬੇਟੇ ਗਏ ਆ, ਕਈਆਂ ਦੀਆਂ ਬੇਟੀਆਂ ਆਈਆਂ ਇੱਥੇ, ਤਾਂ ਮੇਰੇ ਕੋਲ ਵੀ ਕਈ ਭਰਾਵਾਂ ਦੇ ਮੈਸੇਜ ਆਉਂਦੇ ਆ ਵੀ ਬਾਈ ਸਾਡੀ ਬੇਟੀ ਜਾਂ ਬੇਟਾ ਗਏ ਨੂੰ 3-4 ਮਹੀਨੇ ਹੋ ਗਏ ਸਾਨੂੰ, ਉਹਨਾਂ ਨੂੰ ਹਜੇ ਤੱਕ ਕੰਮ ਨਹੀਂ ਮਿਲਿਆ, ਹਨਾ, ਜਾਂ ਵੀ ਬੇਟੀ ਤੋਂ ਫੀਸ ਨੀ ਨਿਕਲ ਰਹੀ, ਅਸੀਂ ਇਧਰੋਂ ਭੇਜਣੀ ਹੈ, ਕਿਵੇਂ ਭੇਜ ਗਏ, ਇਸ ਤਰ੍ਹਾਂ ਦੇ ਮੈਸੇਜ ਆਉਂਦੇ ਆ ਬਾਈ, ਹਨਾ। ਮੈਂ ਕਹਿੰਦਾ ਨੀ ਗਾ ਵੀ ਆਸਟ੍ਰੇਲੀਆ, ਮੈਂ ਆਏ ਨੀ ਕਹਿੰਦਾ, ਫਿਰ ਤੁਸੀਂ ਕਹੋਗੇ ਨੈਗੇਟਿਵ ਹੈ ਵੀ ਬਾਈ ਆਸਟ੍ਰੇਲੀਆ ਨਾ ਆਓ, ਬਹੁਤ ਯਾਰ ਸਿਰਾ ਕੰਟਰੀ ਹੈ। ਜੇ ਮੈਂ ਪੁੱਛਾਂ ਦੁਨੀਆਂ ਦੀ, ਮੈਂ ਕਹਿਣਾ ਵੀ ਯਾਰ ਸਭ ਤੋਂ ਸਿਰਾ ਕੰਟਰੀ ਆਸਟ੍ਰੇਲੀਆ, ਬਹੁਤ ਵਧੀਆ ਕੰਟਰੀ ਹੈ, ਹਨਾ। ਪਰ ਬਾਈ ਯਾਰ ਆਹ ਚੀਜ਼ਾਂ ਨੀ ਗਾ ਵੀ ਤੁਸੀਂ 20 ਲੱਖ ਕਮਾ ਲਓ ਜੀ, 40 ਲੱਖ ਰੁਪਇਆ ਕਮਾ ਲਓ ਜੀ ਮਹੀਨੇ ਦਾ, ਜੇ ਇੰਨਾ ਬਣਦਾ ਹੁੰਦਾ ਤਾਂ ਬਸ, ਹਨਾ, ਕਿਆ ਬਾਤਾਂ ਹੋ ਜਾਂਦੀਆਂ। ਪਰ ਬਾਈ ਨਹੀਂ, ਇਹ ਰਿਐਲਿਟੀ ਨਹੀਂ ਹੈਗੀ ਜੀ। ਆ ਜਾਓ ਆਪਦਾ, ਆਓ ਵਧੀਆ ਦੇਖੋ ਮਾਹੌਲ ਚਾਲ, ਕੋਈ 5-6 ਸਾਲ ਲੱਗਣਗੇ, ਸੈੱਟ ਹੋ ਜਾਓਗੇ ਵਧੀਆ ਆਏ ਆਪਦਾ, ਹਨਾ। ਪਰ ਜੇ ਹੁਣ ਬਾਈ ਮੈਨੂੰ ਪੁੱਛੋ ਤੁਸੀਂ, ਮੈਂ ਇੱਥੇ PR ਹੈ PR, ਜੇ ਬਾਈ ਮੈਨੂੰ ਪੁੱਛੋ ਤਾਂ ਮੈਂ ਚਾਹੁੰਦਾ ਗਾ ਵੀ ਮੈਂ ਯਾਰ ਹੁਣ ਆਪਦੀ PR ਮੇਰੇ ਕੋਲੇ ਆ ਗਈ। ਮੇਰੇ ਦਿਲ ਦੀ ਗੱਲ ਦੱਸਦਾ ਬਾਈ, ਹੁਣ ਕੋਈ ਥੱਲੇ ਜਿਹਨਾਂ ਨੇ ਕਮੈਂਟ ਕਰਨੇ, ਚਲੋ ਉਹਨਾਂ ਦਾ ਕਰਨੇ ਆ ਬਾਈ, ਮੇਰੇ ਦਿਲ ਦੀ ਗੱਲ ਇਹ ਹੈ ਵੀ ਜੇ ਮੈਂ ਕਹਾਂ, ਮੈਂ ਹੁਣ ਪੱਕਾ ਹੋ ਗਿਆ ਮੈਂ ਆਪਦਾ ਵਾਪਸ ਜਾ ਕੇ ਪੰਜਾਬ ਚ ਕੋਈ ਆਪਦਾ ਕੰਮ